ਧੰਨ ਧੰਨ ਗੁਰੂ ਰਾਮਦਾਸ ਨੇ ਮਿਹਰ ਕੀਤੀ ਆ। ਬਹੁਤ ਮੈਚ ਫਸਵਾ ਸੀ, ਬਹੁਤ ਡਰ ਲੱਗਣ ਡਿਆ ਸੀ, ਆਖਾਂ ਮਾਲਕ ਦਾ ਹੀ ਆ ਸਭ ਕੁਛ, ਮੇਰੇ ਮਾਲਕ ਦਾ ਹੀ ਆ। ਕੋਈ ਨੀ, ਕੁਛ ਨਾ ਕੁਛ ਜਵਾਨ ਕੋ ਨਾ ਕੋਈ ਦੇਸ਼ੀ ਲੈ ਕੇ ਆ ਰਿਹਾ, ਮਾਲਕ ਦੇ ਮਿਹਰ ਕਰੋ ਜੋ ਕੁਛ ਹਾਂਜੀ ਹਾਂਜੀ ਹਾਰ ਗਏ ਆਪਣੇ ਕੋ ਜਰਮਨੀ ਕੋ ਸੈਮੀ ਫਾਈਨਲ ਮੈਚ, ਤੇ ਉਹ ਇੱਕ ਮੇਨ ਖਿਡਾਰੀ ਸੀ ਉਹਦਾ ਆਪਣੇ ਦਾ ਅਹਿਮਦ ਰੋਹੀਦਾਸ, ਉਹ ਘਾਟਾ ਉਦੋਂ ਬਹੁਤ ਵੱਜਾ ਵਾ ਪਰ ਬਿਆਨ ਨਹੀਂ ਕਰ ਸਕਦੇ, ਚਲੋ ਬੱਚਿਆਂ ਨੇ ਝੱਲਿਆ ਆਪਣੇ ਸਿਰ ਤੇ। ਵੇਖੋ ਜੀ, ਜਦੋਂ ਦਾ ਮੈਚ ਸ਼ੁਰੂ ਹੋਇਆ ਮੈਂ ਤੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੀ ਹਾਂ, ਇਸ ਲਈ ਮੈਂ ਇਹ ਸਾਰੀ ਟੀਮ ਕੋ ਸ਼ੁਭ ਕਾਮਨਾ ਦਿੱਤੀ ਹਾਂ, ਬਹੁਤ ਬਹੁਤ ਵਧਾਈ ਦਿੱਤੀ ਹਾਂ, ਤੇ ਬੜੀ ਖੁਸ਼ੀ ਕੀ ਬਾਤ ਹੈ ਜੋ ਜ਼ਮੀਨ ਪਰ ਪੈਰ ਨਹੀਂ ਲੱਗ ਰਹੇ। ਸਾਰੀ ਟੀਮ ਨੂੰ ਮਾਂ ਪਿਓ ਦੀਆਂ ਦੁਆਵਾਂ ਲੱਗਦੀਆਂ, ਇਸ ਕਰਕੇ ਸਾਰੇ ਸਾਡੇ ਬੱਚੇ ਉਹਨਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ। ਅੱਜ ਅਰਦਾਸ ਚੋਲ ਰਹੀ ਆ, ਪ੍ਰਮਾਤਮਾ ਨੇ ਵਾਹਿਗੁਰੂ ਨੇ ਕਬੂਲ ਕੀਤੀ ਅਰਦਾਸ ਕਰਦੇ ਰਹੋ, ਅਸੀਂ ਦੇਖਿਆ ਪਾਠ ਕਰਦੇ। ਹਾਂਜੀ ਕੀਤੀ ਜੀ, ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ, ਘਰ ਵਿੱਚ ਰੌਣਕਾਂ ਲੱਗੀਆਂ, ਬੜੇ ਮਾਣ ਵਾਲੀ ਗੱਲ ਆ ਜੀ ਟਿੰਮੋਵਾਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ ਚ ਛਾ ਗਿਆ, ਸਾਰੀ ਟੀਮ ਛਾ ਗਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ, ਸਮਝ ਨਹੀਂ ਆ ਰਿਹਾ। ਜਿਹੜੇ ਬਹੁਤ ਉਹਨਾਂ ਦੇ ਕਾਲਜ ਦਾ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਾਣੀਆਂ, ਸਾਨੂੰ ਅਜੇ ਫੁਰਸਤ ਨਹੀਂ ਮਿਲਦੀ ਪਈ ਅਟੈਂਡ ਕਰਨ, ਜਿਹੜੇ ਸਾਡੇ ਕਾਲਜ ਰਿਸ਼ਤੇਦਾਰ ਸਭ ਦੇਣਦੇ ਉਹਨਾਂ ਨੂੰ ਬਹੁਤ ਬਹੁਤ ਵਧਾਈ। ਮਾਂ ਨੂੰ ਕਿੰਨਾ ਮਾਣ ਹੈ ਪੁੱਤ ਨੇ ਅੱਜ ਵੀ ਦੋ ਗੋਲ ਕੀਤੇ। ਹੁਣ ਚਲੋ ਜੀ, ਸਾਰੀ ਟੀਮ ਨੇ ਗੋਲ ਕੀਤੇ ਜੀ, ਸਰਪੰਚ ਨੂੰ ਸਪੋਰਟ ਸਾਰੀ ਟੀਮ ਦਾ, ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ, ਖੁਸ਼ੀ ਵਾਲੀ ਗੱਲ ਆ, ਸਾਰੀ ਟੀਮ ਦੇ ਗੋਲ ਆ ਜੀ। ਮੈਚ ਦੇ ਨਾਲ ਨਾਲ ਦਿਲ ਦੀ ਧੜਕਣਾ ਵਧੀਆ ਹੋਈ ਆ। ਹਾਂਜੀ ਉਹ ਤੇ ਵਧਦੀ ਆ, ਤੁਹਾਨੂੰ ਵੀ ਪਤਾ ਹੀ ਆ ਵੀ ਜਦੋਂ ਮੈਚ ਚੱਲਦਾ ਫਿਰ ਸ਼ੇਰਾਂ ਨੂੰ ਸੁਣਿਆ ਕੀ ਹੈ ਮਾਂ ਦਾ। ਹਾਂਜੀ ਹਾਂਜੀ, ਸਾਰਿਆਂ ਨੂੰ ਇਹ ਭੇਜਦਾ ਤਗੜੇ ਹੋ ਗਏ ਬੇਟੇ, ਜਿਹੜੇ ਉਪਲਬਧੀਆਂ ਛੂੰਦੇ ਰਹਿਣ ਤੇ ਖੁਸ਼ੀਆਂ ਦਿੰਦੇ ਰਹਿਣ। ਸਵਾਗਤ ਦੀ ਤਿਆਰੀਆਂ? ਹਾਂਜੀ ਹਾਂਜੀ ਹਾਂਜੀ, ਬਹੁਤ ਜ਼ਿਆਦਾ ਖੁਸ਼ੀ ਆ ਜੀ, ਮਹਾਰਾਜ ਨੇ ਕਿਰਪਾ ਕੀਤੀ ਆ। ਦੇਖੋ ਗੋਲਡ ਦੇ ਸੁੱਖ ਸੁੱਕ ਗਿਆ ਪਰ ਬਰੋਂਜ ਮੈਡਲ ਲਾਉਣਾ ਬਹੁਤ ਜ਼ਰੂਰੀ ਸੀ, ਉਹ ਬਾਬਾ ਗੁਰਦੇ ਦੀ ਕਿਰਪਾ ਨਾਲ ਆ ਗਿਆ ਜੀ। ਇਹ ਬਹੁਤ ਫਸਵਾਂ ਮੁਕਾਬਲਾ ਹੈ ਜੀ। ਮੈਂ ਨਾ ਸਰ ਇੱਕ ਇੱਕ ਸੈਕਿੰਡ ਬਹੁਤ ਜ਼ਿਆਦਾ ਔਖਾ ਕੱਢਿਆ ਸੀ, ਮੈਂ ਨਾ ਮਹਾਰਾਜ ਨੇ ਕਿਰਪਾ ਕੀਤੀ, ਚਲੋ ਦੋ ਗੋਲ ਕੀਤੇ ਭਰਾ ਨੇ, ਮਹਾਰਾਜ ਨੇ ਕਿਰਪਾ ਕੀਤੀ, ਚੜ੍ਹਦੀ ਕਲਾ ਐ ਦਿਲ ਖੁਸ਼ ਹੋ ਗਿਆ ਜੀ ਅੰਦਰ। ਚਲੋ ਇਹਨੇ ਗੋਲਡ ਤੇ ਚਾਂਸ ਬਹੁਤ ਹੀ, ਚਲੋ ਉਦਨ ਸ਼ਾਇਦ ਪਲੇਅਰਾਂ ਦਾ ਦਿਨ ਨਹੀਂ ਹੈਗਾ, ਚਲੋ ਅੱਜ ਮਹਾਰਾਜ ਨੇ ਕਿਰਪਾ ਕੀਤੀ ਦਿਨ ਲਿਆਂਦਾ ਵਾ, ਤੇ ਚਲੋ ਜਿੱਤ ਪ੍ਰਾਪਤ ਹੋਈ ਹੈ ਜੀ। ਜੋ ਅੱਜ ਕੀ ਜੀਤ ਹੈ ਸਪੈਸ਼ਲ ਜੀਤ ਹੈ, ਇਸਸੇ ਪਹਿਲੇ 4 ਸਾਲ ਪਹਿਲੇ ਟੋਕੀਓ ਮੇ ਹਮਨੇ ਇੱਕ ਬ੍ਰੌਂਜ ਮੈਡਲ ਲਿਆ ਥਾ, ਉਸਕੇ 4 ਸਾਲ ਬਾਅਦ ਹਮੇ ਯੇ ਖੁਸ਼ੀ ਮਿਲੀ ਹੈ। ਮੈਂ ਸਭੀ ਦੇਸ਼ ਵਾਸੀਓ ਕੋ, ਪੰਜਾਬ ਕੇ ਵਾਸੀਓ ਕੋ, ਸਭੀ ਜੋ ਹਮਾਰੇ ਨੇਸ਼ਨ ਕੇ ਲੋਕ ਹਾਕੀ ਕੋ ਪਿਆਰ ਕਰਤੇ ਹੋ, ਉਨ ਸਭ ਕੋ ਵਧਾਈ ਦੇਤਾ ਹੂੰ, ਜੋ ਹਮਾਰੀ ਯੇ ਦੂਸਰੀ ਵਾਰ ਹਮੇ ਯੇ ਮੌਕਾ ਮਿਲਾ ਹੈ ਸੈਲੀਬ੍ਰੇਟ ਕਰਨ। ਸੋ ਮੈਚ ਕੇ ਦੌਰਾਨ ਨਾ ਕਾਫੀ ਟੈਂਸ ਮੂਮੈਂਟ ਬਨੇ, ਕਿਉਂਕਿ ਜੋ ਸੈਮੀਫਾਈਨਲ ਮੇ ਟੀਮੇ ਪਹੁੰਚਤੀ ਹੈ, ਵਰਲਡ ਕੀ 4 ਟੀਮੇ ਹੋਤੀ ਹੈ, ਉਹ ਅੱਛੀ ਟੀਮ ਹੀ ਹੋਤੀ ਹੈ। ਸੋ ਸਪੇਨ ਨੇ ਪਿਛਲੀ ਵਾਰ ਕੇ ਜੋ ਡਿਫੈਂਡਿੰਗ ਚੈਂਪੀਅਨ ਬੈਲਜੀਅਮ ਕੋ ਹਰਾਇਆ ਥਾ, ਸੋ ਉਹ ਵੀ ਇੱਕ ਅੱਛੀ ਟੀਮ ਥੀ, ਅੱਜ ਬਹੁਤ ਬੜੀਆ ਮੈਚ ਹੋਇਆ, ਉਹ ਵੀ ਬੜੀਆ ਖੇਲੀ। ਆਈ ਥਿੰਕ ਇੰਡੀਆ ਹਮ ਚਾਹਤੇ ਥੇ ਕਿ ਗੋਲਡ ਮੈਡਲ ਲੈ ਕੇ ਆਏ, ਲੇਕਿਨ ਸੈਮੀਫਾਈਨਲ ਮੇ ਵੋ ਬਾਤ ਨਹੀਂ ਬਣੀ, ਫਿਰ ਵੀ ਬੜੀਆ ਖੇਲੇ ਔਰ ਆਈ ਥਿੰਕ ਜੇ ਬੜੀ ਜੀਤ ਹੈ ਹਮਾਰੇ। ਦੇਖੋ ਪਿਛਲੀ ਵਾਰ ਵੀ ਮੈਂ ਸਾਥੀ ਥਾ ਏਅਰਪੋਰਟ ਪੇ, ਔਰ ਹਮਾਰੇ ਗਾਓ ਮੇ ਵੀ ਕਾਫੀ ਜਸ਼ਨ ਹੋਇਆ ਥਾ, ਸੋ ਉਸਕੇ ਬਾਅਦ ਕਾਫੀ ਔਰ ਵੀ ਮੂਵਮੈਂਟ ਆਈ ਹੈ, ਉਸਕੇ ਬਾਅਦ ਉਨਕੋ DSP ਬਣਾਇਆ ਗਿਆ ਹੈ,
तो उस वक्त भी हमें बहुत खुशी थी। तो इस बार भी हम पूरी तैयारी है सेलिब्रेट करने के लिए कि हमारा वो हीरो आए और हमें उसे एयरपोर्ट पर रिसीव करें और हमारे गांव में हम जश्न मनाएं।